Ah, vi kom på ståläge, mann och bägare. ਜ਼ਿਲ੍ਹਾ ਗੁਰਦਾਸਪੁਰ ਦੀ ਗ੍ਰਾਮ ਪੰਚਾਇਤ ਖਵਾਜਾ ਵਰਦਨ ਦੀ ਸ਼ਾਮਲਾਟ ਜ਼ਮੀਨ 208 ਏਕੜ ਦੀ ਬੋਲੀ ਅੱਜ ਰੱਖੀ ਗਈ ਸੀ। ਪਹਿਲਾਂ ਵੀ ਕਿਸੇ ਇਤਰਾਜ਼ ਦੇ ਚੱਲਦੇ ਇਹ ਬੋਲੀ ਦਾ ਸਮਾਂ ਬਦਲਿਆ ਗਿਆ ਸੀ ਅਤੇ ਇਸ ਬਾਬਤ ਦੀ ਜਾਣਕਾਰੀ ਦਿੰਦੇ ਹੋਏ DDPO ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੀਸਰੀ ਵਾਰ ਬੋਲੀ ਦੌਰਾਨ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵੱਲੋਂ ਪੈਸਿਆਂ ਦੇ ਵਿੱਚ ਪਿਸਤੌਲ ਲੁਕਾ ਕੇ ਲਿਆਂਦੀ ਗਈ ਅਤੇ ਬੋਲੀ ਦੌਰਾਨ ਇੱਕ ਦੂਜੇ ਉੱਪਰ ਬੋਲੀ ਦਿੰਦਿਆਂ ਹਥਿਆਰ ਕੱਢ ਕੇ ਬੋਲੀਕਾਰਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਦੀ ਇਹ ਲਾਈਵ ਵੀਡੀਓ ਸਾਹਮਣੇ ਆਈ ਹੈ। ਪੁਲਿਸ ਵੀ ਹੈਗੀ ਹੈ, ਆ ਵੇਖੋ ਇਹ ਪਿਸਤੌਲ ਲੈ ਕੇ ਮਾਰਨ ਪਿਆ ਜੀ, ਇਹ ਪਿਸਤੌਲ ਇਹ ਨਾਲ ਨਾਲ ਮੁਲਾਜ਼ਮ ਵੀ ਨੇ, ਇਹ ਪਿਸਤੌਲ ਲੈ ਕੇ ਮਾਰਨ ਪਿਆ, ਆ ਪੂਰਾ ਪਿੰਡ ਨਾਲ ਆ ਵੀਡੀਓ ਸਾਹਿਬ ਵੀ ਨਾਲ ਨੇ, ਇਹ ਪਿਸਤੌਲ ਲੈ ਕੇ ਮਾਰਨ ਪਿਆ, ਇਹ ਵੀਡੀਓ ਸਾਹਿਬ ਨੇ ਆ ਵੀਡੀਓ ਇਹ ਵੀਡੀਓ ਸਾਹਿਬ ਦੀ ਮੌਜੂਦਗੀ ਵਿੱਚ ਇਹਨੇ ਪਿਸਤੌਲ ਲੈ ਕੇ ਮਾਰਨ ਪਿਆ ਸਾਨੂੰ, ਇਹ 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 ਵੀਡੀਓ ਸਾਹਿਬ ਨਾਲ ਨੇ, ਇਹ ਵੀਡੀਓ ਸਾਹਿਬ ਨੇ ਨਾ, ਆ ਵੀਡੀਓ ਸਾਹਿਬ ਨੇ, ਹਾਂਜੀ ਹਾਂਜੀ, ਇਹ ਪਿਸਤੌਲ ਲੈ ਕੇ ਮਾਰਨ ਪਿਆ ਜੀ, ਇਹ ਨਾਲ ਮੁਲਾਜ਼ਮ ਨੇ, ਇਹ ਨਾਲ ਹਾਂਜੀ, ਇਹ ਇਹ ਵੇਖੋ ਇਹ ਔਨ ਰਿਕਾਰਡਡ ਹੈ ਜੀ, ਹਾਂਜੀ 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 ਸਰ, ਅਸੀਂ ਰਿਕਾਰਡ ਕਰ ਲਿਆ, ਇਹਨੇ ਇਹਨੇ ਮਾਰਨ ਪਿਆ ਸਾਨੂੰ, ਇਹ 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 ਸਾਰੇ ਮਾਰ ਦਿੰਦਾ ਸਾਨੂੰ ਤੇ ਫਿਰ ਤੋਂ ਹੀ ਕਰਨਾ ਕੁਝ, ਇਹ ਇਹ ਆ ਵੀਡੀਓ ਸਾਹਿਬ ਦੇ ਮੌਕੇ ਤੇ ਆ, ਕਮਾਲ ਦੀ ਗੱਲ ਆ, ਕਿਸੇ ਘੰਟੇ ਸੀ ਅਸੀਂ ਤਾਂ ਹੁਣ ਆਏ ਕੈਮਰ ਚੜਾਉਂਦੇ ਮੈਂ ਸਾਹਮਣੇ
ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡੇਰਾ ਬਾਬਾ ਨਾਨਕ ਜਿੰਦਰਪਾਲ ਸਿੰਘ ਵੱਲੋਂ ਉਕਤ ਵਿਅਕਤੀ ਨੂੰ ਕਾਫੀ ਜੱਦੋਜਹਿਦ ਕਰਕੇ ਕਾਬੂ ਪਾਇਆ ਗਿਆ ਅਤੇ BDPO ਵੱਲੋਂ ਕਾਬੂ ਕਰ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਬੋਲੀ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਇਸ ਦੇ ਨਾਲ ਹੀ DDPO ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਲਾਕ ਡੇਰਾ ਬਾਬਾ ਨਾਨਕ ਦੇ ਗ੍ਰਾਮ ਪੰਚਾਇਤ ਖਵਾਜਾ ਵਰਦਗ ਦੀ ਸ਼ਾਮ ਨਾਲ ਜ਼ਮੀਨ ਦੀ ਬੋਲੀ ਕਰਾਈ ਜਾ ਰਹੀ। ਉਸ ਪਿੰਡ ਦੀ 208 ਏਕੜ ਜ਼ਮੀਨ ਹੈ ਅਤੇ ਬਲਾਕ ਡੇਰਾ ਬਾਬਾ ਨਾਨਕ ਦੇ ਦਫ਼ਤਰ ਆਪਣਾ BDO ਦਫ਼ਤਰ ਵਿੱਚ ਹੀ ਜਿਹੜੀ ਸ਼ਾਮ ਨਾਲ ਜ਼ਮੀਨ ਦੀ ਬੋਲੀ ਕਰਾਈ ਜਾ ਰਹੀ। ਬੋਲੀ ਦੌਰਾਨ ਹੀ ਉੱਥੋਂ ਖਵਾਜਾ ਵਰਦਗ ਦਾ ਇੱਕ ਵਿਅਕਤੀ ਸੀ ਜਸਵਿੰਦਰ ਸਿੰਘ, ਬੋਲੀ ਦੇ ਦੌਰਾਨ ਹੀ ਉਹਨੇ ਆਪਣੇ ਜਿਹੜੇ ਨਾਲ ਉਹਦੇ ਬੰਦੇ ਸੀ ਉਹਨਾਂ ਦੇ ਨਾਲ ਤਕਰਾਰ ਹੋਇਆ, ਉਹਦਾ ਤਕਰਾਰ ਹੁੰਦਿਆਂ ਨਾਲ ਹੀ ਉਹ ਬੰਦੇ ਨੇ ਆਪਣਾ ਜਿਹੜਾ ਸੀ ਉਹ ਪਿਸਟਲ ਕੱਢ ਲਿਆ। ਉੱਥੇ ਪਿਸਟਲ ਕੱਢ ਕੇ ਉਹਨਾਂ ਬੰਦਿਆਂ ਨਾਲ ਗਾਲੀ ਗਲੋਚ ਹੋਇਆ ਜੀ। ਉਹਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਤਾਂ ਜਿਹੜਾ ਸਾਡਾ ਸਰਕਾਰ ਦਾ ਕੰਮ ਚੱਲ ਰਿਹਾ ਸੀ ਉਹਨੂੰ ਜਾਂ ਉਹਦੇ ਵਿੱਚ ਉਹ ਬੰਦੇ ਨੇ ਵਿਘਨ ਪਾਇਆ, ਉਹਦੀ ਵਜ੍ਹਾ ਦੇ ਨਾਲ ਜਿਹੜਾ ਸਾਰਾ ਸੀ ਉਹ ਲੋਕ ਜਿਹੜੇ ਖਿੰਡ ਗਏ ਅਤੇ ਸਾਡੀ ਆਪਣਾ ਬੋਲੀ ਜਿਹੜੀ ਸੀ ਬੋਲੀ ਦੇ ਵਿੱਚ ਵਿਘਨ ਪਾ ਕੇ ਸਾਡਾ ਜਿਹੜਾ ਮਾਹੌਲ ਸੀ ਦਫ਼ਤਰ ਦਾ ਉਹਨੇ ਖਰਾਬ ਕੀਤਾ। ਵੀਡੀਓ ਵਾਇਰਲ ਹੋ ਰਹੀ ਹੈ ਕਿ ਉਹ ਆਫੀਸਰ ਤੇ ਵੀ ਤਾਨੀ ਹੈ ਉਹਨੇ ਪਿਸਟਲ, ਉਸ ਅਸੀਂ ਸਾਹਮਣੇ ਸਾਰੇ ਬੈਠੇ ਸੀ, ਜਦੋਂ ਸਾਹਮਣੇ ਬੈਠੇ ਸੀ ਜਦੋਂ ਲੜਿਆ ਪਿਸਤੌਲ ਉਹਨੇ ਸਾਰਿਆਂ ਨੇ ਤਾਣਿਆ, ਅਸੀਂ ਵਿੱਚੇ ਬੈਠੇ ਸੀ ਸਾਰੇ ਗ੍ਰਾਮ ਪੰਚਾਇਤ ਬੈਠੀ ਸੀ ਸਾਰਿਆਂ ਨੇ ਤਾਣਿਆ ਪਿਸਟਲ ਉਹ ਬੰਦੇ ਨੇ। ਉਹਦੇ ਖਿਲਾਫ਼ ਅਸੀਂ ਉਸੇ ਵੇਲੇ ਜਦੋਂ ਪੁਲਿਸ ਦੇ ਸਾਹਿਬ ਉੱਥੇ ਹੈਗੀ ਸੀ ਮੌਕੇ 'ਤੇ ਹੀ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ, ਕਾਬੂ ਕਰਕੇ ਅਸੀਂ ਪੁਲਿਸ ਨੂੰ ਲਿਖਤੀ ਤੌਰ 'ਤੇ ਦੇ ਦਿੱਤਾ ਉਹਦੇ ਖਿਲਾਫ਼ ਜਿਹੜੀ ਉਹ ਕਾਰਵਾਈ ਕਰਨ ਵਾਸਤੇ ਵੀ ਇਹਦੇ ਖਿਲਾਫ਼ ਜਿਹੜਾ ਉਹ ਬਣਦੀ ਕਾਰਵਾਈ ਕਰੋ ਅਤੇ ਇਹਦੇ ਖਿਲਾਫ਼ FIR ਦਰਜ ਜਿਹੜੀ ਦਰਜ ਕੀਤੀ ਜਾਵੇ। ਹਥਿਆਰ ਲੈ ਕੇ ਆਉਣ ਦੀ ਅੰਦਰ ਇਜਾਜ਼ਤ ਹੈ? ਨਹੀਂ, ਬਿਲਕੁਲ ਨਹੀਂ। ਅਸੀਂ ਤਾਂ ਲਿਖਤੀ ਤੌਰ 'ਤੇ ਵੀ ਲਿਖਿਆ ਸੀ ਵੀ ਨਾ ਤਾਂ ਬੰਦਾ ਕੋਈ ਫਾਲਤੂ ਬੰਦਾ ਕੋਈ ਹਥਿਆਰ ਲੈ ਕੇ ਆਵੇਗਾ ਅਤੇ ਨਾ ਕੋਈ ਜਿਹੜਾ ਉੱਥੇ ਆ ਕੇ ਕੋਈ ਸ਼ੋਰ ਸ਼ਰਾਬਾ ਪਾਵੇਗਾ ਨਾ ਕੋਈ ਵਿਘਨ ਪਾਵੇਗਾ। ਅਸੀਂ ਲਿਖਤੀ ਵੀ ਕਿਹਾ ਸੀ ਅਤੇ ਜ਼ਬਾਨੀ ਵੀ ਕਿਹਾ ਸਾਰਿਆਂ ਨੂੰ। ਕਿੰਨੇ ਬੰਦੇ ਸੀ ਬੋਲੀ 'ਚ ਬੁਲਾਏ? ਬੋਲੀ ਦੇ ਵਿੱਚ ਕੋਈ ਲਗਭਗ 50-60 ਬੰਦੇ ਹੈਗੇ ਸੀ। ਕੋਵਿਡ ਚੱਲ ਰਿਹਾ, ਇੰਨੇ ਬੰਦੇ ਮਤਲਬ ਇਜਾਜ਼ਤ ਹੀ ਤੁਸੀਂ ਬੋਲੇ? ਨਹੀਂ, ਅਸੀਂ ਉੱਥੇ ਕੋਵਿਡ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਬਣਾਇਆ ਸੀ, ਉੱਥੇ ਜਿਹੜੀਆਂ ਹੈਗੀਆਂ ਕੁਰਸੀਆਂ ਬਿਲਕੁਲ ਦੂਰ ਦੂਰ ਲਾਈਆਂ ਸੀ, ਉਹ ਕਾਫੀ ਹਾਲ ਹੈ ਜਿਹਦੇ ਵਿੱਚ ਹੋ ਰਹੀ ਸੀ, ਸ਼ੈੱਡ ਹੈ ਕਾਫੀ ਵੱਡਾ। ਉੱਥੇ ਹੀ ADC ਵਿਕਾਸ ਬਲਰਾਜ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਜਸਵਿੰਦਰ ਸਿੰਘ ਵੱਲੋਂ ਕੁਝ ਜਣਿਆਂ ਨਾਲ ਮਿਲ ਕੇ ਪਹਿਲਾਂ ਵੀ ਪੰਚਾਇਤ ਬੋਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਸ ਸਮੇਂ ਵਰਤਮਾਨ ਵਿੱਚ ADC ਵਿਕਾਸ ਦੇ ਪਦ 'ਤੇ ਅੰਮ੍ਰਿਤਸਰ ਵਿਖੇ ਤੈਨਾਤ ਸਰਕਾਰੀ ਅਧਿਕਾਰੀ ਰਣਬੀਰ ਸਿੰਘ ਮੁੱਦਲ ਉੱਪਰ ਵੀ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਭਾਵੇਂ ਪਿਸਤੌਲ ਨਾਲ ਦਹਿਸ਼ਤ ਪਾਉਣ ਵਾਲੇ ਸਾਬਕਾ ਫੌਜੀ ਉੱਪਰ ਪੁਲਿਸ ਕਾਰਵਾਈ ਕਰ ਰਹੀ ਹੈ, ਪਰ ਫਿਰ ਵੀ ਪੰਚਾਇਤੀ ਜ਼ਮੀਨੀ ਦੀ ਬੋਲੀ ਵਿੱਚ ਲੋੜੀਂਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਚਾਹੀਦੇ ਨੇ। ਬਲਾਕ ਦੇ ਵਿੱਚ ਸਾਡਾ ਪਿੰਡ ਆ ਖਵਾਜਾ ਵਰਦਨ, ਇਹ ਜਿਹੜਾ ਪਿੰਡ ਆ ਇੱਥੇ ਕੁਛ ਸਮਾਂ ਪਹਿਲਾਂ ਜਿਹੜੇ ਆ ਸਾਡੇ ਅੱਜ ਕੱਲ੍ਹ ਜਿਹੜੇ ADC ਡਿਵੈਲਪਮੈਂਟ ਲੱਗੇ ਹੋਏ ਆ ਅੰਮ੍ਰਿਤਸਰ ਰਣਵੀਰ ਸਿੰਘ ਜੀ ਮੋਦਲ, ਉਦੋਂ ਉਸ ਜ਼ਿਲ੍ਹੇ ਵਿੱਚ DDPO ਸੀਗੇ, ਉਹਨਾਂ 'ਤੇ ਵੀ ਇੱਥੇ ਪਿੰਡ ਦੇ ਬੰਦਿਆਂ ਨੇ ਕੁਛ ਲੜ ਕੇ ਕਰੀ ਹਮਲਾ ਕੀਤਾ ਸੀਗਾ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਿੰਡ ਦੀ ਜਿਹੜੀ ਬੋਲੀ ਆ ਉਸ ਪਿੰਡ ਵਿੱਚ ਨਹੀਂ ਕਰਦੇ, ਅਤੇ ਇਹ ਬੋਲੀ ਜਿਹੜੀ ਆ ਇੱਥੇ ਦਫ਼ਤਰ ਦੇ ਵਿੱਚ ਹੀ ਆਮ ਤੌਰ 'ਤੇ ਹੁੰਦੀ ਆ, ਹੁਣ ਤੱਕ ਹੁੰਦੀ ਆ ਰਹੀ ਆ, ਜਿਹੜੀ ਅੱਜ ਵੀ ਰੱਖੀ ਗਈ ਸੀਗੀ। ਉਹ ਬੋਲੀ ਦੌਰਾਨ ਹੀ ਉਹ ਬੰਦੇ ਨੇ ਉੱਥੇ ਮੌਕੇ 'ਤੇ ਉਹ ਬੋਲੀ ਜਦੋਂ ਇੱਕ ਦੂਜੇ ਆਸੇ ਵੱਧ ਗਈ ਆ ਤਾਂ ਉਹਨਾਂ ਦਾ ਇੱਕ ਦੂਜੇ ਤਕਰਾਰ ਹੋਣ ਕਰਕੇ ਉਹਨੇ ਉੱਥੇ ਜਿਹੜੀ ਆ ਪਿਸਟਲ ਜਿਹੜੀ ਆ ਕੱਢੀ ਆ, ਜਦਕਿ ਇੱਦਾਂ ਦਾ ਕੋਈ ਹਥਿਆਰ ਲੈ ਕੇ ਉੱਥੇ ਬੋਲੀ ਵਿੱਚ ਆਉਣ ਲਈ ਬਿਲਕੁਲ ਮਨਾਹੀ ਆ। ਸਿਕਿਉਰਿਟੀ ਵੀ ਬੁਲਾਈ ਹੋਈ ਸੀਗੀ ਸਾਡੇ ਮੌਕੇ 'ਤੇ ਜਿਹੜਾ ਅਫਸਰ ਸੀ, ਜੇ ਉਹ ਕੋਈ ਚਲੋ ਉਹ ਤਾਂ ਫਿਰ ਵੀ ਕੋਈ ਬਦਕਿਸਮਤ ਦੇ ਨਾਲ ਕੋਈ ਬਚਾਅ ਹੋ ਗਿਆ, ਜਿਸ ਤਰ੍ਹਾਂ ਉਹਨੇ ਕੀਤਾ ਸੀ ਜੇ ਰਿਵਾਲਵਰ ਜੇ ਗੋਲੀ ਚੱਲਦੀ ਤਾਂ ਉੱਥੇ ਕਾਫੀ ਨੁਕਸਾਨ ਹੋ ਸਕਦਾ ਸੀਗਾ। ਸਿਕਿਉਰਿਟੀ ਵੀ ਬੁਲਾਈ ਹੋਈ ਸੀਗੀ ਪੁਲਿਸ ਵੀ, ਅਤੇ ਪਰ ਅਸੀਂ ਤਾਂ ਇਹ ਕਹਾਂਗੇ ਵੀ ਗਾਂਹ ਅੱਗੋਂ ਤੋਂ ਸਾਡੇ ਹੋਰ ਵੀ ਕਿਤੇ ਜਾਂਦੇ ਆ, ਜਿੱਦਾਂ ਆਪਸ਼ਨਾਂ ਹੋ ਰਹੀਆਂ ਆ, ਕਈ ਵਾਰੀ ਕੋਈ ਬੰਦੇ ਜੈ 'ਚ ਬੋਲੀ ਚੜ੍ਹਦੀ ਆ ਤਾਂ ਉੱਥੇ ਮਾੜੀ ਮੋਟੀ ਗੱਲ ਦਾ ਤਕਰਾਰ ਜ਼ਰੂਰ ਹੁੰਦਾ ਹੈ, ਅਤੇ ਉੱਥੇ ਸਿਕਿਉਰਿਟੀ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੰਦੇ ਨੇ। ਫਿਲਹਾਲ ਪੁਲਿਸ ਵੱਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਕੁੰਡਲ ਦੀ ਰਿਪੋਰਟ।